ਦਾਸਤਾਨ ਲਿਖੀ ਸਾਡੇ ਬਜ਼ੁਰਗਾਂ ਨੇ ਸੂਫੀ ਅਜ਼ਮਤ ਪਰਵੇਜ਼ ਅਜ਼ਮਤ ਔਰ ਪੜ੍ਹੀ ਮੇਰੇ ਬਜ਼ੁਰਗਾਂ ਹਾਜੀ ਮੁਹੰਮਦ ਅਫਜ਼ਲ ਸਚਿਆਰੀ ਕਵਾਲ ਸਾਹਿਬ ਨੇ। ਦੌਰ ਤਾਂ ਹੁਣ ਉਹਦਾ ਨਹੀਂ, ਲੇਕਿਨ ਇਨਕਾਰ ਦਾ ਨਾ ਸ਼ੈਤਾਨ, ਇਨਕਾਰ ਵੀ ਨਹੀਂ। ਚੰਨ ਚੜ੍ਹੇ ਕਦੇ ਨਹੀਂ ਛੁਪਦੇ, ਗੁਰੂ ਛੁਪਦਾ ਨਹੀਂ ਵਿੱਚ ਚੇਲਿਆਂ ਦੇ। ਚੰਨ ਚੜ੍ਹੇ ਕਦੇ ਨਹੀਂ ਛੁਪਦੇ, ਗੁਰੂ ਛੁਪਦਾ ਨਹੀਂ, ਲੇਕਿਨ ਹੈ ਮਸਲਿਹਤ ਤੋਂ ਬਾਹਰ ਨਹੀਂ ਸਸੀ। ਚੰਨ ਚੜ੍ਹੇ ਕਦੇ ਨਹੀਂ ਛੁਪਦੇ, ਗੁਰੂ ਛੁਪਦਾ ਨਹੀਂ ਵਿੱਚ ਚੇਲਿਆਂ ਦੇ। ਲੂਣ ਲਾ ਕੇ ਧੋਵੀਏ ਲੱਖ ਵਾਰੀ, ਕੌੜੇ ਰਹਿਣ ਸਵਾਦ ਕਰੇ ਲਿਆਂਦੇ। ਗੋੜੇ ਬਜਨੇ ਆਰੀਆਂ ਖਾਂ ਕਦੋਂ ਥੱਕਦੇ ਨਾਲ, ਦੁਬੇਲਿਆਂ ਦੇ ਜ਼ਰਾਂ ਵਾਲੜੇ ਕਤਲ ਪਚਾ ਲੈਂਦੇ। ਲੁੱਭ ਦੇ ਕੇ ਪੈਸਿਆਂ ਧੇਲਿਆਂ ਦੇ, ਹਰ ਸ਼ੈ ਆਪਣੇ ਅਸਲ ਨੂੰ ਭਾਲਦੀ ਏ। ਦੁੱਧ ਨਾਲ ਸਵਾਦ ਗਜਰੇਲਿਆਂ ਦੇ, ਅਕਲਮੰਦ ਤੇ ਘਰਾਂ ਚ ਆਰਾਮ ਕਰਦੇ, ਜਾਹਿਲ ਖੁਸ਼ ਰਹਿੰਦੇ ਵਿੱਚ ਮੇਲਿਆਂ ਦੇ। ਜਾਹਿਲ ਖੁਸ਼ ਰਹਿੰਦੇ ਵਿੱਚ ਮੇਲਿਆਂ ਦੇ, ਅਜੇ ਕੁੰਨ ਦਾ ਨਹੀਂ ਸੀ ਨਾਮ ਅਜ਼ਮਤ, ਅਜੇ ਕੁੰਨ ਦਾ ਨਹੀਂ ਸੀ ਨਾਮ ਅਜ਼ਮਤ, ਸੱਸੀ ਪੁੰਨੂ ਮਹਿਰਮ ਉਹਨਾਂ ਵੇਲਿਆਂ ਦੇ। ਸੱਸੀ ਕੌਣ, ਪੁੰਨੂ ਕੌਣ, ਮੈਂ ਕੀ ਜਾਣਾ, ਵਾਕਿਫ ਕਦੋਂ ਹਕੀਚ ਬੰਬੋਰ ਦਾ ਮੈਂ, ਪਰ ਮੈਨੂੰ ਜਿਹਦੇ ਪਿਆਰ ਨੇ ਲੁੱਟਿਆ ਏ, ਰੋਣਾ ਪਿਆ ਰੋਣਾ ਉਸੇ ਚੋਰ ਦਾ ਮੈਂ, ਬੜਾ ਦਰਦ ਬੇਦਰਦ ਨੂੰ ਆਖਿਆ ਏ, ਛੱਡਦੇ ਨਹੀਂ ਖੈੜਾ ਤੇਰੇ ਜ਼ੋਰ ਦਾ ਮੈਂ, ਜਿਹਦੀ ਜ਼ੁਲਫੇ ਵਲੈਲ ਨੇ ਸੀਨੇ ਵਿੱਚ ਡੰਗ ਕੀਤੀ, ਜਿਹਦੀ ਜ਼ੁਲਫੇ ਵਲੈਲ ਨੇ ਸੀਨੇ ਵਿੱਚ ਡੰਗ ਕੀਤੇ, ਉਹਦੀ ਦੀਦ ਬਿਨਾਂ ਤਾਲਬ ਗੌਰ ਦਾ ਮੈਂ, ਸੱਸੀ ਪੁੰਨੂ ਦੇ ਪਾ ਕੇ ਪੱਚ ਅਜ਼ਮਤ ਕਮਲੀ ਵਾਲੇ ਨੂੰ ਚਿੱਠੀਆਂ ਤੋੜਦਾ ਮੈਂ। ਗੱਲ ਸਾਰੀ ਸਰਕਾਰ ਦੀ ਤੇ ਯਾਰ ਦੀ। ਇਹ ਵੇੜਾ ਇਸ਼ਕ ਦਾ ਹੈ ਔਰ ਇਸ਼ਕਾਂ ਲਈ ਬੈਠੇ ਨੇ ਸਾਰੇ। ਇਸ ਵੇੜੇ ਦਾ ਕਾਨੂੰਨ ਕੀ ਹੈ ਤੇ ਇਹ ਸਾਰੇ ਆਸ਼ਕ ਇਸ਼ਕ ਦੇ ਵਿਹੜੇ ਵਾਲੇ ਇਸ਼ਕ ਨੂੰ ਦਾਤ ਦੇ ਕੇ ਕਹਿੰਦੇ ਕੀ? ਓ ਵਾਹ ਤੇਰੀਆਂ ਅਬਦੀਆਂ ਕਿਸੇ ਨੇ ਉਹ ਛੁਡਾਈਆਂ ਨਹੀਂ। ਤੇ ਤੇਰੀਆਂ ਬਦੀਆਂ ਕਿਸੇ ਨੇ ਉਹ ਛੁਡਾਈਆਂ ਨਹੀਂ। ਕਲੀਆਂ ਗਈਆਂ ਜੋ ਸੋਹਰਿਆਂ ਨੂੰ ਤੇ ਵੱਲ ਪੇਕਿਆਂ ਪਰਤ ਕੇ ਆਈਆਂ ਨਹੀਂ। ਉਹ ਚੁੱਕੇ ਵੱਡੇ ਵੱਡੇ ਲੁੱਟ ਮਾਰ ਡਾਕੇ
ਤੇ ਐਵੇਂ ਕੁੱਲੀਆਂ ਸਨਾ ਲਾਈਆਂ ਨਹੀਂ ਉਹ ਕਿਤੇ ਤਰਦੀਆਂ ਨੂੰ ਪਿਆ ਡੋਬਿਆਈ ਤੇ ਅੱਜ ਆਵਣ ਵਾਲੀਆਂ ਕਦੇ ਘਬਰਾਈਆਂ ਨਹੀਂ ਤੇ ਅਜ਼ਮਤ ਉਹ ਦਰਗਾਹ ਵਿੱਚੋਂ ਰੱਦ ਹੋਵਣ ਤੇ ਜਿੰਨਾ ਲਾ ਕੇ ਤੋੜ ਨਿਭਾਈਆਂ ਨਹੀਂ ਪੈਰ ਕਿਤੇ ਵੇੜੇ ਚ ਪਾਉਂਦੇ
ਦੁਨੀਆਂ ਨੇ ਦੁਆ ਕਰੋ ਜਿਹਦੀ ਜਿਹਦੀ ਲੱਗ ਗਈ ਅੱਲਾ ਕਰਕੇ ਨੇ ਵਜਾਇ ਸੀ। ਆਮੀਨ ਆਮੀਨ। ਸੱਸੀ ਅਰਦਾ ਕਰਕੇ ਆਉਂਦੀ ਨੀ ਜਿਵੇਂ ਵੇਖਣਾ ਜੇ ਮੈਨੂੰ ਨਾ ਵੇਖੋ ਇਬਰਾਹੀਮ ਦੀ ਸਿਫਤ ਸੁਣਾ ਵੇਖੇ ਖਾਜਾ ਇਬਰਾਹੀਮ ਦੀ ਸਿਫਤ ਸੁਣਾ ਯੂਸਫ ਦੀ ਬੀਆਂ ਵਾਂਗਣਾ ਹੱਥ ਕੱਟੇ ਜੇਕਰ ਖਾਨ ਦੇ ਪਰਦੇ ਨੂੰ ਚਾਹ ਵੇਖੇ ਹਾਲ ਹਾਲ ਵੀ ਲਾਲ ਨੇ ਪਾਈ ਹੋਈ ਕੱਡੇ ਬੱਤਰੀ ਦੰਦ ਅਵੈਸ ਕਰਨੀ ਕੱਡੇ ਬੱਤਰੀ ਦੰਦ ਅਵੈਸ ਕਰਨੀ ਜਿੰਨਾ ਯਾਰ ਦੇ ਨਾਜ਼ੋ ਅਦਾ ਵੇਖੇ ਅਜੇ ਪੜ੍ਹਨ ਕੁਰਾਨ ਕਨੇਜ਼ਿਆਂ ਦੇ ਸੱਸੀ ਵਾਂਗ ਹੋ ਗਰਕ ਦਰਿਆ ਵੇਖੇ ਜਿੰਨੀ ਦੇਰ ਤੱਕ ਜੰਮਦਾ ਰੁੜੀ ਹੈ ਨਾ ਇਹ ਯਾਰ ਲੱਭਦੇ ਹੀ ਨਹੀਂ ਇਹ ਯਾਰ ਇਹ ਗੈਰ ਦਲੀਲ ਨਹੀਂ ਹੋਣ ਦਿੰਦਾ ਇਹਦੀ ਐਸੀ ਨਮਾਜ਼ ਹੈ ਜਿਹਦੇ 'ਚ ਗੈਰ ਦਲੀਲ ਹੋਵੇ ਉਹ ਨਮਾਜ਼ ਨਹੀਂ ਹੁੰਦੀ ਯਾਰ ਦੀ ਉਹ ਨਮਾਜ਼ ਹੈ ਜਿਹੜੀ ਗੈਰ ਦਲੀਲ ਆਉਣ ਹੀ ਨਹੀਂ ਦਿੰਦੀ ਇਸੇ ਤਰ੍ਹਾਂ ਹਰ ਕੋਈ ਇਨਸਾਨ ਆਪਣੇ ਆਪਣੇ ਮਹਿਬੂਬ ਦੇ ਪਿੱਛੇ ਪਿੱਛੇ ਜਾਂਦਾ ਹੈ ਸੱਸੀ ਆਪਣੇ ਯਾਰ ਦੇ ਮਗਰ ਜਾਂਦੀ ਹੈ ਅਤੇ ਨੀਰਾ ਜਾਂਦੀ ਨਹੀਂ ਕੁਝ ਅਰਜ਼ਾਂ ਕਰਦੀ ਜਾਂਦੀ ਅਰਜ਼ਾਂ ਕਰਕੇ ਕਹਿੰਦੀ ਆਂਦੀ ਹੈ ਵੇ ਮੈਨੂੰ ਲੱਭ ਕੇ ਵੇ ਮੈਨੂੰ ਲੱਭ ਕੇ ਯਾਰ ਵੇ ਮੈਨੂੰ ਲੱਭ ਕੇ ਵੇ ਯਾਰ ਗਵਾਚਿਆ ਤੇ ਤੇਰਾ ਗਮ ਵਿੱਚ ਕਬਰ ਦੇ ਇਹ ਖੜਾਂਗੀ ਮੈਂ
ਚਲੇ ਨੀ ਇਹਦੇ ਚਲੇ ਨੀ ਇਹ ਦਮ ਜਵਾਬ ਪਾਵੇਂ ਤੇ ਦਮੋ ਨਿਕਲ ਕੇ ਵੀ ਕਰੀ ਅੜਾਂਗੀ ਨਹੀਂ ਖੂਨ ਜਿਗਰ ਦਾ ਲੈ ਕੇ ਜਿਗਰ ਕੋਲੋਂ ਮੋਹਰ ਥਲਾਂ ਦੇ ਜਿਗਰ ਉੱਤੇ ਜੜਾਂਗੀ ਮੈਂ ਅਤੇ ਮੇਰੇ ਖਵਾਜਾ ਇਬਰਾਹੀਮ ਲਾੜੇ ਮੇਰੇ ਕੁਰਬਾਨ ਅਲੀ ਸ਼ਾਹ ਮੇਰੇ ਪਾਕ ਨੌਸ਼ਾ ਜਿਹੜੇ ਤੈਨੂੰ ਮੇਰੇ ਕੋਲੋਂ ਜੁਦਾ ਕਰਕੇ ਲੈ ਚੱਲੇ ਨੇ ਨਾ ਉਹਨਾਂ ਨਾਲ ਮੈਂ ਸਲੂਕ ਕੀ ਕਰਾਂਗੀ ਵੇ ਪੱਲਾ ਪਕੜ ਤੈਨੂੰ ਖੜਨ ਵਾਲੇ ਪਿੱਛੇ ਜਾ ਰਹੀ ਹੈ ਯਾਰ ਦੇ ਤੇ ਅਰਜ਼ਾਂ ਕਰਕੇ ਕਹਿੰਦੀ ਹੈ ਆਂਦੀ ਵੇ ਤੇਰਾ ਕੱਟਦਾ ਕੀ ਸੀ ਵੇ ਸ਼ਹਿਜ਼ਾਦ ਆਵੇਂ ਤੇ ਜੇਕਰ ਮੁਝ ਤੇ ਵੇ ਕਰਮ ਕਮਾ ਛੱਡ ਦੋ ਵੇ ਜਾਣ ਲੱਗਿਆ ਉਹ ਪੈਰ ਦੀ ਮਾਰ ਠੋਕਰ ਤੇ ਸੁੱਤੀ ਪਈ ਨੂੰ ਜ਼ਰਾ ਤੂੰ ਜਗਾ ਛੱਡ ਲੂੰ ਬੜੀ ਵੀ ਜਿਸ ਕੇਚ ਦੇ ਵੇਖਣੇ ਦੀ ਤੇ ਮੇਰੀ ਇਹ ਤੇ ਆਸ ਪੁੱਛਾ ਛੱਡ ਲੂੰ ਵੇ ਮਲਕਾ ਬਣਨ ਦਾ ਉਹ ਨਹੀਂ ਸੀ ਚਾ ਮੈਨੂੰ ਇਹ ਮਲਕਾ ਬਣਨ ਦਾ ਨਹੀਂ ਸੀ ਚਾ ਮੈਨੂੰ ਤੇ ਭਾਵੇਂ ਜੁੱਤੀਆਂ ਵਿੱਚ ਤੂੰ ਬਿਠਾ ਛੱਡ ਦੋ ਵੇ ਜਿੱਥੇ ਨਾਲ ਯਾਰਾਂ ਵੇ ਖੇਡਾਂ ਖੇਡੀਆਂ ਨੀ ਜਿੱਥੇ ਨਾਲ ਯਾਰਾਂ ਖੇਡਾਂ ਖੇਡੀਆਂ ਨੀ ਆਪਣਾ ਦੇਸ਼ ਤੇ ਮੈਨੂੰ ਵਿਖਾ ਛੱਡ ਦੋ ਆਪਣਾ ਦੇਸ਼ ਤੇ ਮੈਨੂੰ ਵਿਖਾ ਛੱਡ ਦੋ ਜੇ ਕੁਰਬਾਨ ਅਲੀ ਸ਼ਾਹ ਇਬਰਾਹੀਮ ਬਾਦਸ਼ਾਹ ਜੇ ਆਪਣਾ ਦੇਸ਼ ਮੈਨੂੰ ਵਿਖਾ ਦੋ ਨਾ ਤੇ ਮੈਂ ਪਤਾ ਕੀ ਕਰਦੀ ਵੇ ਗਲੀ ਗਲੀ ਦਾ ਮੈਂ ਤਵਾਫ ਕਰਦੀ ਗਲੀ ਗਲੀ ਦਾ ਮੈਂ ਤਵਾਫ ਕਰਦੀ ਮੈਨੂੰ ਅਕਬਰੀ ਹੱਜ ਕਰਾ ਛੱਡੋ ਮੈਨੂੰ ਅਕਬਰੀ ਹੱਜ ਕਰਾ ਛੱਡੋ ਮੈਨੂੰ ਅਕਬਰੀ ਹੱਜ
ਕਰਾ ਛੱਡੋ ਨਾ ਲੈ ਜਾਂਦੋ ਕਿ ਚੰਪੋਚ ਪਾਵੇ ਨਾ ਲੈ ਜਾਂਦੋ ਕਿ ਚੰਪੋਚ ਪਾਵੇ ਝਾੜੂ ਕਸ਼ਾਂ ਦੇ ਵਿੱਚ ਰਲਾ ਛੱਡੋ ਝਾੜੂ ਕਸ਼ਾਂ ਦੇ ਵਿੱਚ ਤੇ ਮੈਂ ਕੀ ਕਰਦੀ ਨਹੀਂ ਸੰਭਾਂਦੀ ਤੇ ਛੱਡ ਜਾਣ ਨਾਲੋਂ ਹੱਥੀ ਘੋਲ ਕੇ ਜ਼ਹਿਰ ਪਿਲਾ ਛੱਡ ਦੋ ਜਾਂਦੀ ਮਰ ਜੇ ਜੋੜਿਆਂ ਵਿੱਚ ਅਜ਼ਮਤ ਗਲੀ ਆਪਣੀ ਵਿੱਚ ਹੀ ਦਫਨਾ ਛੱਡ ਗਲੀ ਆਪਣੀ ਵਿੱਚ ਦਫਨਾ ਛੱਡ ਦੋ ਤੇ ਮਗਰ ਮਗਰ ਜਾ ਕੇ ਅਰਦਾਂ ਕਰਕੇ ਆਂਦੀ ਉਹ ਮੈਂ ਕੰਗਾਲ ਤੇ ਇਹ ਬੇਮਿਸਾਲ ਸੋਹਣਾ ਤੇ ਜਿਹਦੇ ਨਾਲ ਮੈਨੂੰ ਮਿਲਾ ਬੈਠੀ ਖਾਨਦਾਨੀ ਤੇ ਕਮੀਨੇ ਦਾ ਸੰਗ ਨਹੀਂ ਹੋ ਸਕਦਾ ਓ ਖਾਨਦਾਨ ਆ ਕਮੀਨ ਦਾ ਸੰਗ ਕਾਦਾ ਤੇ ਇਹ ਮੈਂ ਕਿਵੇਂ ਦਾ ਚੱਕਰ ਚਲਾ ਬੈਠੀ ਹੋਏ ਨੀ ਜੇ ਹੁਣ ਮੁੜਾਂ ਤੇ ਮੁੜ ਨੂੰ ਵੀ ਨਹੀਂ ਹੁੰਦਾ ਤੇ ਕਿੱਸਾ ਜਗ ਤੇ ਆਪ ਤੂੰ ਮਾਂ ਬੈਠੀ ਕਿੱਸਾ ਜਗ ਤੇ ਆਪ ਤੂੰ ਮਾਂ ਬੈਠੀ ਪਤਾ ਨਹੀਂ ਹੁਣ ਕੀ ਬਣੇਗਾ ਨਾਲ ਮੇਰੇ ਪਤਾ ਨਹੀਂ ਕੀ ਬਣੇਗਾ ਹੁਣ ਨਾਲ ਮੇਰੇ ਪੈਰ ਸ਼ੇਰ ਦੀ ਜੂਹ ਵਿੱਚ ਪਾ ਬੈਠੀ ਇਹਨੂੰ ਆਂਦੇ ਨੇ ਸ਼ੇਰ ਦੀ ਜੂਹ ਜਿੱਥੇ ਉਫ ਨਾ ਕੀਤੀ ਜਾਏ ਪੈਰ ਸ਼ੇਰ ਦੀ ਜੂਹ ਵਿੱਚ ਪਾ ਬੈਠੀ ਤੇ ਉਹ ਉਹ ਆਵੇ ਨਾ ਆਵੇ ਤੇ ਸ਼ੈਨ ਚਾਏ ਆਵੇ ਨਾ ਆਵੇ ਤੇ ਸ਼ੈਨ ਜਿਹਦੀਆਂ ਮੈਂ ਬਦਨਾ ਵੀ ਅੱਛਾ ਬੈਠੀ ਜਿਹਦੀਆਂ ਮੈਂ ਬਦਨਾ ਵੀ ਅੱਛਾ
ਸੋਹਣਿਆਂ ਦੇ ਨਾਵੇਂ ਲਾ ਬੈਠੀ ਤੇ ਸ਼ਰਮਾ ਰੱਖੇਗਾ ਖਵਾਜਾ ਇਬਰਾਹੀਮ ਜ਼ਰੂਰ ਅਜ਼ਮਤ, ਸ਼ਰਮਾ ਰੱਖੇਗਾ ਕੁਰਬਾਨ ਅਲੀ ਸ਼ਾਹ ਜ਼ਰੂਰ ਅਜ਼ਮਤ, ਜੱਗ ਛੱਡ ਕੇ ਜਿਹਦੀ ਸਦਾ ਬੈਠੀ, ਜੱਗ ਛੱਡ ਕੇ ਜਿਹਦੀ ਸਦਾ ਬੈਠੀ ਤੇ ਆਪਣੇ ਯਾਰ ਦੇ ਮਗਰ ਜਾ ਕੇ ਆਉਂਦੀ ਆਉਂਦੀ ਜਾਨੀਆਂ ਵਿਲਬਾ ਤੇ ਜਾਨ ਆਈ ਵੇ ਆਵੇ ਜਾਨੀਆਂ ਵਿਲਬਾ ਉੱਤੇ ਜਾਨ ਆਈ ਤੇ ਤੇਰੇ ਇਸ਼ਕ ਨੇ ਲਿਆ ਵੇ ਤਰੂ ਮੈਨੂੰ ਵੇ ਆਪੂ ਉਧਰ ਵੇ ਰਾਜ ਤੇ ਤਾਜ ਮਾਣੇ ਤੇ ਇੱਧਰ ਸੁੱਟ ਕੇ ਗਮਾਂ ਦੇ ਖੂ ਮੈਨੂੰ ਜਿੰਦ ਅੱਗ ਵਿਛੋੜੇ ਨੇ ਲੂਹ ਲਈਏ ਹੁਣ ਤੇ ਕਿਤੇ ਨਹੀਂ ਲੱਗਦੀ ਲੂਹ ਮੈਨੂੰ ਵੇ ਮੇਰੇ ਮਾਣ ਗੁਮਾਨੀਆਂ ਨਾ ਤੋੜੀ, ਮੇਰੇ ਮਾਣ ਗੁਮਾਨੀਆਂ ਨਾ ਤੋੜੀ ਤੇਰੇ ਮਾਣ ਗੁਮਾਨ ਤੇ ਭੂ ਮੈਨੂੰ ਵੇ ਜੇ ਤੂੰ ਨਹੀਂ ਆਉਣਾ ਵੇ ਮੈਂ ਆਪ ਆਵਾਂ ਹੋਵੇ ਕੁਝ ਜੇ ਰਾਹ ਦੀ ਸੂ ਮੈਨੂੰ ਸਜਦੇ ਕਰਾਂ ਪਈ ਸਜਦੇ ਕਰਾਂ ਪਈ ਕੁਰਬਾਨ ਅਲੀ ਸ਼ਾਹ ਦੇ ਦੇਸ਼ ਵੱਲੇ ਕਾਬਾ ਜਾਪਦੀ ਏ ਤੇਰੀ ਜੂ ਮੈਨੂੰ ਕਾਬਾ ਜਾਪਦੀ ਏ ਤੇਰੀ ਅਜੂ ਮੈਨੂੰ ਬਿਨਾਂ ਅਜ਼ਮਤ ਤੇਰੇ ਆ ਜਿਹੜਾ ਸਾਹ ਨਿਕਲੇ ਉਹ ਵੀ ਲੈਣ ਹਰਾਮ ਮਕਰੂ ਮੈਨੂੰ ਉਹ ਵੀ ਲੈਣ ਹਰਾਮ ਮਕਰੂ ਮੈਨੂੰ ਤੇ ਯਾਰ ਦਾ ਇੰਤਜ਼ਾਰ ਕਰਕੇ ਆਉਂਦੀ ਕੀ ਏ ਆਉਂਦੀ ਵੇਰਾ ਮਨ ਬੈਠੀ ਵੇ ਤੇਰੇ ਪਤਨਾ ਤੇ ਤੇਰ ਬਾਗਾਂ ਚੱਪਦੇ ਮੋੜ ਮਿਕਰਾਨੀਆਂ ਵੇ ਯਾਰਾਂ ਗੈਬੀਆ ਵੇ ਚੱਪਦੇ ਹੋ ਜ਼ਾਹਿਰ ਤੇ ਬੂਹੇ ਕਲਬ ਦੇ ਖੋਲ ਬੁਲਾਨੀਆਂ ਵੇ ਤਾਰਾਂ ਖਿੱਚ ਵਜੂਦ ਦੇ ਸਾਜ਼ ਦੀਆਂ ਤਾਰਾਂ ਖਿੱਚ ਵਜੂਦ ਦੇ ਸਾਜ਼ ਦੀਆਂ ਗੀਤ ਪਈ ਪ੍ਰੇਮ ਦੇ ਗਾਨੀਆਂ ਵੇ ਇੱਕ ਜਾਨ ਦਾ ਸਭ ਜਹਾਨ ਵੈਰੀ ਇੱਕ ਜਾਨ ਦਾ ਸਭ ਜਹਾਨ ਵੈਰੀ ਇਹ ਮਾਹੀ ਤੇਰੀਆਂ ਨੇ ਮਿਹਰਬਾਨੀਆਂ ਵੇ ਮੈਂ ਕਦੋਂ ਧੋਬਣ ਵੇ ਮੈਂ ਕਦੋਂ ਧੋਬਣ ਤੇਰੇ ਇਸ਼ਕ ਪਿੱਛੇ ਧੋਬਣ ਪਈ ਮਸਕੀਨ ਸਦਾ ਨਹੀਂ ਆਵੇ ਸੱਚ ਪੁੱਛੇ ਮੈਂ ਬੰਬੋਰ ਦੀ ਹਾਂ ਮਲਕਾ ਸੱਚ ਪੁੱਛੇ ਮੈਂ ਬੰਬੋਰ ਦੀ ਹਾਂ ਮਲਕਾ ਬਾਪ ਦੇ ਨਾਮ ਸੁਲਤਾਨੀ ਆਵੇ ਜਲਦੀ ਜਲਦੀ ਤਸੱਵਰ 'ਚ ਯਾਰ ਨੂੰ ਲਿਆ ਕੇ ਕਦਮਾਂ 'ਤੇ ਸਿਰ ਰੱਖ ਕੇ ਹੱਥ ਜੋੜ ਕੇ ਆਉਂਦੀ ਖਾਨਾ ਮੈਂ ਆਪਣੀ ਵਡਿਆਈ ਆਪਣੇ ਇਬਰਾਹੀਮ ਅੱਗੇ ਆਪੇ ਕਰਨੀ ਹੈ ਜਲਦੀ ਜਲਦੀ ਕੰਨਾਂ ਨੂੰ ਹੱਥ ਲਾ ਕੇ ਕਦਮਾਂ 'ਤੇ ਸਿਰ ਰੱਖ ਕੇ ਅਤੇ ਕਹਿੰਦੀ ਕੀ ਹੈ ਆਉਂਦੀ ਵੇ ਖਾਨਾ ਵੇ ਮੇਰੀ ਲੱਖ ਤੋਬਾ ਮੈਂ ਤੇ ਕੱਖ ਵੀ ਨਹੀਂ ਮੇਰੀ ਲੱਖ ਤੋਬਾ ਮੈਂ ਤੇ ਕੱਖ ਵੀ ਨਹੀਂ ਮੇਰੀ ਲੱਖ ਤੋਬਾ ਮੈਂ ਤੇ ਕੱਖ ਵੀ ਨਹੀਂ ਤੈਨੂੰ ਵੱਡਿਆ ਕੋਈ ਵੱਡਿਆ ਨਹੀਂ ਆਵੇ ਵੱਡਿਆ ਨਹੀਂ ਮੇਰੀ ਲੱਖ ਤੋਬਾ ਮੈਂ ਤੇ ਕੱਖ ਵੀ ਨਹੀਂ ਮੇਰੀ ਲੱਖ ਤੋਬਾ ਮੈਂ ਤੇ ਕੱਖ ਵੀ ਨਹੀਂ ਤੈਨੂੰ ਵੱਡਿਆ
ਅਰਸ਼ ਦਾ ਤਾਜ ਬਣਿਆ, ਤੇਰੀਆਂ ਜੁੱਤੀਆਂ ਅਰਸ਼ ਦਾ ਤਾਜ ਬਣਿਆ, ਦਰਦ ਕਰੇ ਜਬਰੀਲ ਦਰਬਾਨੀ ਆਵੇ, ਦਰਦ ਕਰੇ ਜਬਰੀਲ ਦਰਬਾਨੀ ਆਵੇ, ਮੇਰੀ ਲੱਖ ਤੋਂ ਬਾਬੇ ਤੇ ਕੱਖ ਵੀ ਨਹੀਂ, ਮੇਰੀ ਲੱਖ ਤੋਂ ਬਾਬੇ ਤੇ ਕੱਖ ਵੀ ਨਹੀਂ, ਤੈਨੂੰ ਵੱਡੇ ਆਪੇ ਵੱਡੇ ਆਨੇ ਆਵੇ, ਤੇਰੀਆਂ ਜੁੱਤੀਆਂ ਅਰਸ਼ ਦਾ ਤਾਜ ਬਣਿਆ, ਮੇਰੀ ਲੱਖ ਤੋਂ ਬਾਬੇ ਤੇ ਕੱਖ ਵੀ ਨਹੀਂ, ਤੈਨੂੰ ਵੱਡੇ ਆਪੇ ਵੱਡੇ ਆਨੀਆਂ ਵੇ, ਤੈਨੂੰ ਵੱਡੇ ਆਪੇ ਵੱਡੇ ਆਨੀਆਂ ਵੇ, ਤੇਰੀਆਂ ਜੁੱਤੀਆਂ ਅਰਸ਼ ਦਾ ਤਾਜ ਬਣਿਆ, ਜੁੱਤੀਆਂ ਅਰਸ਼ ਦਾ ਤਾਜ ਬਣਿਆ, ਤੇ ਕਰੇ ਜਬਰੀ ਕੁਰਬਾਨੀਆਂ ਵੇ, ਜਿਨ੍ਹਾਂ ਦੇ ਨਾਲ ਰਲ ਕੇ ਗੁੱਡੀਆਂ ਪਟੋਲੇ ਖੇਡਦੀ ਸੀ, ਉਹਨਾਂ ਕਿਹਾ ਚਲੋ ਇਹ ਸਰਦਾਰ ਸਹੇਲੀ ਨੂੰ ਵਾਪਸ ਲੈ ਵੀ, ਇਹਨੂੰ ਵਾਪਸ ਲੈ ਵੀ, ਇਹ ਆਪਣੇ ਯਾਰ ਮਗਰ ਰੁੱਲ ਨਾ ਜਾਏ, ਇਹਨੂੰ ਵਾਪਸ ਲੈ ਵੇ। ਅੱਗੇ ਜਾ ਕੇ ਸੱਸੀ ਦੀਆਂ ਸਹੇਲੀਆਂ ਅਤੇ ਸੱਸੀ ਦੀ ਮਾਂ ਨੇ ਕਾਬੂ ਪਾ ਕੇ ਇੱਕ ਮਿਹਣਾ ਦਿੱਤਾ। ਮਿਹਣਾ ਬੜੀ ਬੁਰੀ ਚੀਜ਼ ਹੈ, ਅਜੇ ਵੀ ਲੋਕ ਜਾਂ ਮਰ ਜਾਂਦੇ ਨੇ ਜਾਂ ਮਾਰ ਦਿੰਦੇ ਨੇ। ਮਿਹਣਾ ਐਸੀ ਸ਼ੈ, ਕੁੜੀਆਂ ਨੇ ਮਿਹਣਾ ਦਿੱਤਾ, ਨੀ ਆ ਊਠ ਚਰਾਉਣ ਵਾਲੇ, ਆ ਆ ਊਠ ਚਰਾਉਣ ਵਾਲੇ ਕਦੋਂ ਸਾਕ ਹੁੰਦੇ ਸੱਸੀ ਸਕਿਆਂ ਦੇ, ਕਦੋਂ ਹੁੰਦੇ ਨੇ ਗੌਲਾਂ ਦੇ ਇਹ ਪੱਕੀ ਪੱਕੇ ਜੰਗਲੀ ਰੁਲਦੇ ਘਰਾਂ ਤੋਂ ਧੱਕਿਆਂ ਦੇ, ਇਹੋ ਜਿਹਾ ਇਹਨਾਂ ਬੋਲਾਂ ਨੂੰ ਪਾਲ ਸਕਣ ਭਾਵੇਂ ਘਰ ਆਵਣ ਹੱਜ ਮੱਕਿਆਂ ਦੇ। ਅਜ਼ਮਤ ਵਾਂਗਰਾਂ ਜਿਹੜੇ ਗੱਲ ਤੋਂ ਗੱਲ ਵਾਰਨ ਮਗਰ ਮਰੀਦਾ ਇਹਨਾਂ ਪੱਕਿਆਂ ਦੇ।
ਅਗਰ ਮਰੀਦਾ ਇਹਨਾਂ ਪੱਕਿਆਂ ਦੇ ਸੱਸੀਆਂ ਦੀ ਖਬਰਦਾਰ ਕੁੜੀਓ ਆਖੋ ਨਾ ਊਠ ਚਰਾਉਣ ਵਾਲਾ ਬਹੁਤ ਮੇਰੇ ਤੇ ਸਿਰੇ ਦਾ ਤਾਜ ਨਹੀਂ ਉਹਨੂੰ ਆਖੋ ਨਾ ਕੌਲਾਂ ਦਾ ਨਹੀਂ ਪੱਕਾ ਉਹਦੇ ਹੱਥ ਨਾ ਲੱਜਦੀ ਲਾਜ ਨਹੀਂ ਨੀ ਮੈਂ ਉਹਦੇ ਪਿੱਛੇ ਧੱਕੇ ਖਾਣ ਚੱਲੀ ਜਿਹਦਾ ਦੋਵਾਂ ਜਹਾਨਾਂ ਚ ਰਾਜ ਨਹੀਂ ਜਿਹਦਾ ਦੋਵਾਂ ਜਹਾਨਾਂ ਚ ਰਾਜ ਨਹੀਂ ਨੀ ਅਜ਼ਮਤ ਕੁਰਬਾਨ ਸ਼ਾਹ ਵਰਗਾ ਲਜਪਾਲ ਕਿਹੜਾ ਮੇਰੇ ਜਈਆਂ ਦੇ ਕੱਜ ਦਾ ਪਾਜੇ ਨਹੀਂ ਜਿਹੜਾ ਮੇਰੇ ਜਈਆਂ ਦੇ ਪਰਦੇ ਕੱਜ ਲੈ ਉਹਦੇ ਨਾਲ ਵੱਡਾ ਲਜਪਾਲ ਕਿਹੜਾ ਮਾਂ ਕਹਿੰਦੀ ਕਰ ਹੋਸ਼ ਨਹੀਂ ਸੱਸੀਏ ਕਿਆ ਵਰਤ ਗਿਆ ਸੌਦਾਈ ਕਈਆਂ ਕਨੇ ਬੇਠੁਕੀਆਂ ਗੱਲਾਂ ਕੀ ਵੱਜ ਗਈ ਤੇਰੀ ਬਾਈ ਬੇਟੀ ਸ਼ਾਹ ਤੈ ਮੋਸਤੀ ਵਾਂਗੂ ਤੇਰੇ ਚੜ ਗਈ ਮਗਜ਼ ਹਵਾਈ ਇਸ ਅਜ਼ਮਤ ਜੈ ਇਬਰਾਹੀਮ ਮੁੰਡੇ ਨੂੰ ਦਿੱਤਾ ਰੱਬ ਦੇ ਨਾਲ ਮਿਲਾਈ ਉਹਨੇ ਕਿਹਾ ਨਹੀਂ 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 ਮਾਂ ਮੈਂ ਉਹਨੂੰ ਰੱਬ ਨਾਲ ਨਹੀਂ ਮਿਲਾਇਆ ਮੈਂ ਤੇ ਸਿਰਫ ਇੰਨੀ ਕੁ ਗੱਲ ਕੀਤੀ ਹੈ ਮਾਏ ਮੈਂ ਬਲੋਚ ਸਮਝ ਕੇ ਮਾਏ ਮੈਂ ਬਲੋਚ ਸਮਝ ਕੇ ਇਹਦੇ ਦਿੱਤੀਆਂ ਹੱਥ ਮੁਹਾਰਾਂ ਜੇ ਆਵੇ ਮੇਰਾ ਖਾਨ ਬੇਰੁੱਤੇ ਮੈਨੂੰ ਦਿਸਣ ਸਦਾ ਬਹਾਰਾਂ ਵਸ ਨਹੀਂ ਹੂੰ ਮੇਰੇ ਨੀ ਜੇ ਵਸ ਹੋਵੇ ਮੈਂ ਦੋ ਜਗ ਇਸ ਤੋਂ ਵਾਰਾਂ ਥਲ ਮਾਰੂ ਵਿੱਚ ਰੁਲਸਾਂ ਅਜ਼ਮਤ ਵਾਂਗੂ ਕਰਬਲ ਦੇ ਸਰਦਾਰ ਜਿਵੇਂ ਕਰਬਲਾ ਵਾਲੇ ਆਪਣੇ ਯਾਰ ਮਗਰ ਗਏ ਨੇ ਮੈਂ ਆਪਣੇ ਯਾਰ ਮਗਰ ਜਾਵਾਂਗੀ ਅਤੇ ਮਾਂ ਨੂੰ ਅੱਗੋਂ ਕਹਿੰਦੀ ਮਾਂ ਤੈਨੂੰ ਕੀ ਹੋਇਆ ਦੱਸ ਤੇ ਸਹੀ ਉਹਨੇ ਕਿਹਾ ਕੁੜੀਏ ਹੋਣਾ ਕੀ ਹੈ ਤੇਰੇ ਬਾਪ ਦੀ ਬੜੀ ਵੱਡੀ ਪੱਗ ਹੈ ਆ ਇਹਨੂੰ ਦਾਗ ਨਾ ਲਾਵੀਂ ਅਤੇ ਨਾਲੇ ਤੇਰਾ ਨਾਮ ਧਰ ਬੈਠੇ ਹਾਂ ਚੱਲ ਚੱਲੀਏ ਵਾਪਸ ਚੱਲ ਚੱਲੀਏ ਆਉਂਦੀ ਹੈ ਮਾਂ ਤੈਨੂੰ ਕਿਸੇ ਫਕੀਰ ਸਿਆਣੇ ਇਹ ਗੱਲ ਨਹੀਂ ਦੱਸੀ ਕਿ ਲੰਘ ਵਾਲੀਆਂ ਹਯਾਵਾਂ ਵਾਲੀਆਂ ਖਸਮਾਂ ਉੱਤੇ ਖਸਮ ਨਹੀਂ ਕਰਦੀਆਂ ਉਹਨੇ ਆਖਿਆ ਨਹੀਂ ਤੂੰ ਕਿਹਨੂੰ ਕਰ ਬੈਠੀ ਹੈ ਅਤੇ ਆਪਣੀ ਮਾਂ ਨੂੰ ਜਵਾਬ ਦੇ ਕੇ ਆਉਂਦੀ ਆਉਂਦੀ ਨੀ ਮਾਇਆ ਮਾਂ ਨੀ ਤੈਨੂੰ ਕੀ ਆਖਾਂ ਤੇ ਗੱਲਾਂ ਨਾਲ ਨਾ ਕਾਲ ਜਾ ਨੀ ਚੀਰ ਮੇਰਾ ਨੀ ਸ਼ਾਲਾ ਦੋਜ਼ਖਾਂ ਦੇ ਵਿੱਚ ਸੜੇ ਧੋਬੀ ਤੇ ਜਿਹਦੇ ਨਾਲ ਮਿਲਾਉਣੀ ਏ ਸੀਰ ਮੇਰਾ ਤੇ ਤੈਨੂੰ ਦੱਸਾਂ ਮੇਰਾ ਖਾਨ ਕੌਣ ਹੈ ਕੌਣ ਹੀ ਤੇ ਮਾਂ ਨੂੰ ਆਉਂਦੀ ਹੈ ਨੀ ਜਿਹਦੇ ਪਰਦਿਆਂ ਦੇ ਵਿੱਚੋਂ ਇੱਕ ਯੂਸਫ ਜਿਹਦੇ ਨੌਕਰਾਂ 'ਚੋਂ ਹਜ਼ਰਤ ਯੂਸਫ ਅਲੈਹਿਸ ਸਲਾਮ ਵਰਗਾ ਇੱਕ ਨੌਕਰ ਹੋਵੇ ਉਹ ਪੁੰਨੂ ਕੈਸਾ ਹੈ ਜਿਹਦੇ ਪਰਦਿਆਂ ਦੇ ਵਿੱਚੋਂ ਇੱਕ ਯੂਸਫ ਤੇ ਪੁੰਨੂ ਉਹ ਹੈ ਬਦਰ ਮੁਨੀਰ ਮੇਰਾ ਨੀ ਮਾਂ ਆ ਮੈਂ ਤੈਨੂੰ ਦੱਸਾਂ ਮੈਂ ਜਿੱਦਣ ਦਾ ਆਪਣੇ ਇਬਰਾਹੀਮ ਅਤੇ ਕੁਰਬਾਨ ਅਲੀ ਸ਼ਾਹ ਵੇਖੇ ਨਾ ਮੇਰੇ ਨਾਲ ਪਤਾ ਕੀ ਹੋਇਆ ਉਹਨੇ ਕਹਿੰਦੀ ਨੀ ਕੀ ਕਰ ਬੈਠੀ ਹੈ ਤੇ ਮਾਂ ਨੂੰ ਆਉਂਦੀ ਹੈ ਮਾਂ ਨੀ ਜਿੱਥੇ ਲੱਗ ਗਈਆਂ ਪੱਕੀ ਲੱਗ ਗਈਆਂ ਇੱਥੇ ਲੱਗ ਗਈਆਂ ਪੱਕੀ ਲੱਗ ਗਈਆਂ ਬਦਲ ਸਕਦਾ ਨਹੀਂ ਉਹ ਜ਼ਮੀਰ ਮੇਰਾ ਸਕਦਾ ਨਹੀਂ ਉਹ ਜ਼ਮੀਰ ਮੇਰਾ ਕਿਉਂ
ਪੀਰ ਮੇਰਾ ਸਦਕਾ ਆਪਣੇ ਸਦਕੇ ਦੇ ਸਿਰ ਸਦਕੇ ਦਾ ਲੰਗ ਰੱਖੇ ਲਜਪਾਲ ਸ਼ਬੀਰ ਮੇਰਾ ਤੇ ਮਾਂ ਹੁਣ ਬਦਲੇ ਜ਼ਮਾਨਾ ਤੇ ਨਹੀਂ ਬਦਲ ਸਕਦਾ ਪਹੁੰਚ ਗਿਆ ਈ ਇਸ਼ਕ ਅਖੀਰ ਮੇਰਾ ਪਹੁੰਚ ਗਿਆ ਈ ਇਸ਼ਕ ਇਹ ਅਜੇ ਟਾਈਮ ਹੈ ਕਿ ਬਾਦਸ਼ਾਹ ਜੀ ਜਿਵੇਂ ਤੁਹਾਡਾ ਫਰਮਾਨ ਨੱਕ ਨਕੇਲ ਤੇ ਹੱਥ ਬਲੋਚ ਪਹੁੰਚ ਗਿਆ ਏ ਇਸ਼ਕ ਅਖੀਰ ਮੇਰਾ ਉਹ ਗੱਲ ਤਾਂ ਸਾਰੀ ਯਾਰ ਦੀ ਰਜ਼ਾ ਨਾਲ ਹੀ ਹੈ ਨਾ ਹਾਂ ਜਿਵੇਂ ਚਲਾਂ ਵੇ ਅੱਛਾ ਹਾਂ ਮੈਂ ਨਾ ਮਤੇ ਉਹ ਨਾ ਹੋਵੇ ਉਂਝ ਤਾਂ ਮੈਨੂੰ ਸਾਢੇ ਕੁ 900 ਘੰਟਿਆਂ ਦੀ ਸੱਸੀ ਜ਼ੁਬਾਨੀ ਯਾਦ ਹੈ ਇਹ ਮੈਂ ਸਰਕਾਰ ਕੋਲੋਂ ਮੰਗ ਕੇ ਲਿਆ ਕਿ ਮੈਂ 10 ਦਿਨ ਵੀ ਕੁਆਲੀ ਕਰਾਂ ਮੈਨੂੰ ਕਿਤਾਬ ਨਾ ਪੜ੍ਹਨੀ ਪਏ ਹਾਂ ਇਹਦੇ 'ਚ ਪਾਇਆ ਸਾਰਾ ਕੁਝ ਅਤੇ ਸਦਕਾ ਆਪਦਾ ਸਦਕਾ ਆਪਦਾ ਚਲੋ ਮਾਲਕਾਂ ਦਾ ਫਰਮਾਨ ਹੈ ਜੇ ਚਲ ਠੀਕ ਅਤੇ ਜਿੱਥੇ ਹੋਇਆ ਨਾ ਉਹ ਜਾਂ ਇਸ਼ਾਰਾ ਕਰ ਦਿਆ ਜੇ ਮੈਨੂੰ ਪਹੁੰਚ ਗਿਆ ਇਸ਼ਕ ਅਖੀਰ ਮੇਰਾ ਉਹ ਮਾਂ ਵੀ ਵਾਪਸ ਸਹੇਲੀਆਂ ਵੀ ਵਾਪਸ ਇੱਕ ਮੈਨੂੰ ਜੁਮਲਾ ਇੱਕ ਲਫਜ਼ ਜ਼ੁਬਾਨ 'ਤੇ ਯਾਦ ਆ ਗਿਆ ਉਹਨਾਂ ਕੋਲੇ ਨਿਕਲੀ ਉਹ ਕੀ ਆਉਂਦੀਆਂ ਉਹਨਾਂ ਕਿਹਾ ਸੱਸੀਏ ਮਨ ਤਰਲਾ ਮਨ ਰੱਬ ਦਾ ਵਾਸਤਾ ਸੱਸੀਏ ਨਹੀਂ ਜੇ ਕੋਈ ਪਤਾ ਹੋਵੇ ਰਲ ਨਾਲ ਤੇਰੇ ਕਦੀ ਅਸੀਂ ਵੀ ਭੱਜੀਏ ਨਸੀਏ ਨਹੀਂ ਸਾਨੂੰ ਚਾਹ ਰਿਹਾ ਰਲ ਨਾਲ ਤੇਰੇ ਚੱਲ ਅਸੀਂ ਵੀ ਖੇਡੀਏ ਹੱਸੀਏ ਨਹੀਂ ਅਜ਼ਮਤ ਮਨ ਤਰਲਾ ਪਿਛਾਂ ਪਰਤ ਚੱਲੇ ਅਸੀਂ ਸਾਰੀਆਂ ਉਜੜੀਆਂ ਵਸੀਏ ਨਹੀਂ ਉਹਨਾਂ ਸੋਹਣੇ ਰੱਬ ਦਾ ਵਾਸਤਾ ਪਾਇਆ ਸੱਸੀ ਕਹਿੰਦਾ ਘਰੇ ਜਾਓ ਨਹੀਂ ਨਬੀ ਦਾ ਵਾਸਤਾ ਜੀ ਮੈਨੂੰ ਸੱਤੀ ਨੂੰ ਨਾ ਸਤਾਓ ਭੈਣਾ ਮੈਂ ਤਾਂ ਘਰ ਵਾਲੇ ਮਗਰ ਜਾ ਰਹੀ ਹਾਂ ਤੁਸੀਂ ਆਪਣੇ ਘਰਾਂ ਨੂੰ ਜਾਓ ਭੈਣਾ ਮੇਰਾ ਕੀ ਜੇ ਵਿੱਚ ਬੰਬੋਰ ਦੱਸੋ ਖਪੋ ਆਪ ਨਾ ਮੈਨੂੰ ਖਪਾਓ ਭੈਣਾ ਜੇਕਰ ਮੈਨੂੰ ਪਰਤਾਣਾ ਜੇ ਪਿਛਾਂ ਅਜ਼ਮਤ ਖਵਾਜਾ ਇਬਰਾਹੀਮ ਨੂੰ ਪਰਤ ਕੇ ਮੋੜ ਲਿਆਓ ਭੈਣਾ ਇੰਜ ਨਹੀਂ ਮੈਂ ਜਾਣਾ ਅਤੇ ਉਹ ਸਹੇਲੀਆਂ ਆਖਿਆ ਨਹੀਂ ਉਹ ਜਾਣਾ ਅਤੇ ਯਾਰ ਕਿੱਥੇ ਜਿਹਦੇ ਮਗਰ ਜਾ ਰਹੀ ਜਦੋਂ ਚਾਰ ਚਮੁੱਖੀ ਪਾਲ ਥੱਕੀ ਉਹਦੇ ਦਿਲ ਵਿੱਚ ਪੈ ਗਿਆ ਛੋਰੇ ਸਿਸਕੇ ਆਖੇ ਰੱਬ ਨਾ ਕਰੇ ਕੰਮ ਬਣ ਗਿਆ ਹੋਰ ਦਾ ਹੋਰੇ ਮਾਹੀ ਮਾਹੀ ਪੁਕਾਰਦੇ ਬਿਨਾਂ ਮਾਹੀ ਮਾਹੀ ਹੋਰ ਰਾਹੀ ਰਾਹੀ ਉੱਠ ਗਿਆ ਬੈਠ ਉੱਠ ਤੇ ਉੱਠ ਉਠਾਲ ਕਿਤੇ ਤੱਤੀ ਕੀ ਜਾਣਾ ਕਿਹੜੀ ਗੁੱਠ ਗਿਆ ਜਿਹੜੀ ਰਾਤ ਨੂੰ ਰੱਬ ਸੀ ਸਿੱਖ ਆਉਂਦੀ ਧੰਮੀ ਧੰਮਦੀ ਨੂੰ ਪੈ ਪੁੱਠ ਗਿਆ ਅਜ਼ਮਤ ਉਸ ਦੀ ਵੀ ਕੋਈ ਜ਼ਿੰਦਗੀ ਹੈ ਜਿਹਦਾ ਯਾਰ ਨਹੀਂ ਬਾਣੀ ਦਾ ਰੁੱਠ ਗਿਆ ਨੂੰ ਪਰਤ ਕੇ ਮੋੜ ਲਿਆਓ ਭੈਣਾ ਇੰਝ ਨਹੀਂ ਮੈਂ ਜਾਣਾ ਅਤੇ ਉਹ ਸਹੇਲੀਆਂ ਆਖਿਆ ਨਹੀਂ ਉਹ ਜਾਣਾ ਅਤੇ ਯਾਰ ਕਿੱਥੇ ਜਿਹਦੇ ਮਗਰ ਜਾ ਰਹੀ ਜਦੋਂ ਚਾਰ ਚਮੁੱਖੀ ਪਾਲ ਥੱਕੀ ਉਹਦੇ ਦਿਲ ਵਿੱਚ ਪੈ ਗਿਆ ਛੋਰੇ ਸਿਸਕੇ ਆਖੇ ਰੱਬ ਨਾ ਕਰੇ ਕੰਮ ਬਣ ਗਿਆ ਹੋਰ ਦਾ ਹੋਰੇ ਮਾਹੀ ਮਾਹੀ ਪੁਕਾਰਦੇ ਬਿਨਾਂ ਮਾਹੀ ਮਾਹੀ ਹੋਰ ਰਾਹੀ ਰਾਹੀ ਉੱਠ ਗਿਆ ਬੈਠ ਉੱਠ ਤੇ ਉੱਠ ਉਠਾਲ ਕਿਤੇ ਤੱਤੀ ਕੀ ਜਾਣਾ ਕਿਹੜੀ ਗੁੱਠ ਗਿਆ ਜਿਹੜੀ ਰਾਤ ਨੂੰ ਰੱਬ ਸੀ ਸਿੱਖ ਆਉਂਦੀ ਧੰਮੀ ਧੰਮਦੀ ਨੂੰ ਪੈ ਪੁੱਠ ਗਿਆ ਅਜ਼ਮਤ ਉਸ ਦੀ ਵੀ ਕੋਈ ਜ਼ਿੰਦਗੀ ਹੈ ਜਿਹਦਾ ਯਾਰ ਨਹੀਂ ਬਾਣੀ ਦਾ ਰੁੱਠ ਗਿਆ ਉਹਨਾਂ ਦੀਆਂ ਜ਼ਿੰਦਗੀਆਂ ਤਾਂ ਨਹੀਂ ਨਾ ਹੁੰਦੀਆਂ ਅਤੇ ਆਉਂਦੀਆਂ ਨਹੀਂ ਕੁੜੀਓ ਦਿਲ ਦਾ ਜਾਨ ਸਹੀਓ ਨਹੀਂ ਮੇਰੇ ਦਿਲ ਦਾ ਜਾਨ ਮੇਰੇ ਦਿਲ ਦਾ ਜਾਨ ਵੇਖੋ ਨੀ ਮੁੱਖ ਮਾਰ ਗਿਆ ਜੇ ਲਾ ਕੇ ਨਿਉ ਤਾਰ ਗਿਆ ਲਾ
ਦੇਖੋ ਨੀ ਹੁਣ ਮੁਕਰ ਗਿਆ ਤੇ ਲਾ ਕੇ ਨਿਉ ਤੋੜ ਗਿਆ ਤੇ ਸਯੋ ਨੀ ਮੇਰੇ ਦਿਲ ਦਾ ਜਾਨ ਸਯੋ ਨੀ ਮੇਰੇ ਦਿਲ ਦਾ ਰੱਖਾਂ ਦੀ ਨਾ ਦੇਖੋ ਨੀ।